ਹੈਲੋ एवरीवन ਵੈਲਕਮ ਟੂ ਥ੍ਰੀ ਸ਼ੋਰਕਟਸ ਹੇਅਰਸ ਟੂ ਬਿਕਮਸ ਈਜ਼ੀਅਰ ਤਾਂ ਅਪਲਿਕਾਇਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਲੇਟਡ ਬਹੁਤ ਸਾਰੇ ਜਿਹੜੇ ਐਗਜ਼ਾਮਸ ਦੀ ਕੁਐਰੀਜ਼ ਆ ਰਹੀਆਂ ਸੀ ਕਿ ਮੈਮ ਸਮਝ ਨਹੀਂ ਆ ਰਿਹਾ ਐਗਜ਼ਾਮਸ ਦਾ ਜਿਹੜਾ ਅਸੀਂ ਕਰਨਾ ਹੈ ਜੋ ਫੈਬ ਦੇ ਵਿੱਚ ਸ਼ੁਰੂ ਹੋਣੇ ਹਨ ਤਾਂ ਉਹ ਜਿਹੜੇ ਹੈਗੇ ਕਰਨ ਤੋਂ ਬਾਅਦ ਉਹਦੇ ਬਹੁਤ سارے ਪੁਆਇੰਟਸ ਦੇ ਵਿੱਚ ਕੁਐਰੀਜ਼ ਸਿਗੀਆਂ ਇੱਕ ਤਾਂ ਇਹ ਕੁਐਰੀ ਸੀਗੀ ਕਿ 50% ਆਫ ਨੰਬਰ ਆਫ ਕੁਐਸ਼ਨਸ ਜਿਹੜਿਓ ਕਿਵੇਂ ਕਰਨੇ ਆ ਕਿਹੜੇ ਕੁਐਸ਼ਨ ਕੰਪਲਸਰੀ ਆ ਜਾਂ ਕੁਝ ਤੋ ਉਸਦੀ ਇੱਕ ਵੀਡੀਓ ਜਿਹੜੀ ਹੈਗੀ ਉਹ ਆਲਰੇਡੀ ਮੈਨੇ ਬਣਾ ਰੱਖੀ ਹੈ ਇਸ ਚੈਨਲ ਤੇ ਜਿਸ ਤੇ ਹਰ ਇੱਕ ਚੀਜ਼ ਜਿਹੜੀ ਹੈ ਉਸ ਵੀਡੀਓ ਦੇ ਵਿੱਚ ਕਲੀਅਰ ਕੀਤੀ ਗਈ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਕੁਐਸਚਨ ਨੂੰ ਸੋਲਵ ਕਰਨਾ ਹੈ ਉਸਦੀ ਵੀਡੀਓ ਦਾ ਲਿੰਕ ਜੋ ਹੈ ਮੈਨੇ ਕਮਿਊਨਿਟੀ ਟੈਬ ਦੇ ਵਿੱਚ ਪਾ ਦਿੱਤਾ ਹੈ ਤੋ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਉੱਪਰੋਂ ਹੀ ਦੇਖ ਸਕਦੇ ਹੋ ਦੂਸਰੀ ਜਿਹੜੀ ਇਥੇ ਕੋਈ ਆਦੀ ਸੀਗੀ ਕਿ ਜੋ ਦਸੰਬਰ 2020 ਦੇ ਰੀਪੀਅਰ ਦੇ ਪੇਪਰ ਹੋਣੇ ਆ ਇਥੇ ਤੇ ਫਸਟ ਸੈਮੈਸਟਰ ਦੇ ਜਿਹੜੇ ਪੇਪਰ ਹੋਣੇ ਆ ਫੈਬ ਦੇ ਵਿੱਚ ਉਹਦੇ ਵਿੱਚ ਜਿਹੜੇ ਬੱਚਿਆਂ ਨੇ ਪੇਪਰ ਜਿੱਤੇ ਸੈਂਡ ਕਰਨੇ ਨੇ ਕਿ ਉਹ ਕਿਸ ਤਰ੍ਹਾਂ ਕਰਨੇ ਆ ਕਿਨੇ ਕਿਸ ਤਰ੍ਹਾਂ ਕਰਨੇ ਆ ਕਿ ਮੇਲ ਆਈਡੀਆਂ ਕਿੱਥੇ ਪੋਸਟ ਕਰਨਾ ਹੈ ਕਿਵੇਂ ਕਰਨਾ ਤਾਂ ਹਰ ਇੱਕ ਚੀਜ਼ ਮੈਂ ਅੱਜ ਇਸ ਦੇ ਵਿੱਚ ਉਹੀ ਵਾਲਾ ਪੁਆਇੰਟ ਜੋ ਕੱਲਾ ਹੈਗਾ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਤਾਂ ਆਪਾਂ ਦੇਖ ਸਕਦੇ ਹਾਂ ਉਹ ਪੁਆਇੰਟ ਜਿਹੜਾ ਹੈਗਾ ਤੁਸੀਂ 8ਵਾਂ ਪੁਆਇੰਟ ਜਿਹੜਾ ਉਸਦੇ ਦੇ ਜਿਹੜਾ ਆਪਾਂ ਡਿਟੇਲਸ ਪੜ੍ਹਦੇ ਹਾਂ ਇਸ ਨੂੰ ਕੀ ਕੁਛ ਇੱਥ ਹਾਂਜੀ ਤਾਂ ਪੀਪਰ ਹੱਲ ਕਰਨ ਤੋਂ ਬਾਅਦ ਉਮੀਦਵਾਰ ਨਿਰਧਾਰਿਤ ਸਮੇਂ ਵਿੱਚ ਹਰ ਸ਼ੀਟ ਨੂੰ ਕਰਮਵਾਰ ਅਨੁਸਾਰ ਸਕੈਨ ਕਰਕੇ ਇੱਕ ਪੀਡੀਐਫ ਫਾਈਲ ਬਣਾਏਗਾ ਅਤੇ ਇਸ ਫਾਈਲ ਨੂੰ ਵਿਭਾਗ ਕਾਲਜ ਵੱਲੋਂ ਦਿੱਤੀ ਈਮੇਲ ਰਾਹੀਂ ਫਾਈਲ ਅਟੈਚ ਕਰਕੇ ਭੇਜੇਗਾ। ਪਕਲੇ-ਪਕਲੇ ਜਿਹੜੇ ਹੈਗੇ ਆ ਬੱਚਿਆਂ ਉਹਨਾਂ ਦੀ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰ ਲਈਏ ਰੈਗੂਲਰ ਵਾਲੇ ਸਟੂਡੈਂਟਸ ਦੀ ਰੈਗੂਲਰ ਵਾਲੇ ਸਟੂਡੈਂਟਸ ਕੀ ਕਰਨਗੇ ਦੇਖੋ ਰੈਗੂਲਰ ਵਾਲੇ ਸਟੂਡੈਂਟਸ ਨੇ ਆਪਣੇ ਪੇਪਰ ਜਿਹੜਾ ਹੈਗਾ ਹੱਲ ਕਰਕੇ ਈਮੇਲ ਤੇ ਆਪਣਾ ਪੀਡੀਐਫ ਬਣਾਨੀ ਆ ਪੀਡੀਐਫ ਬਣਾ ਕੇ ਉਹ ਫਾਈਲ ਇੱਕ ਈਮੇਲ ਰਹੀਂ ਜਿਹੜੀ ਆ ਅਟੈਚ ਕਰਕੇ ਉਹਨਾਂ ਨੂੰ ਈਮੇਲ ਤੇ ਫਾਈਲ ਅਟੈਚ ਕਰਕੇ ਭੇਜ ਦੇਣੀ ਆ ਉਹਨਾਂ ਈਮੇਲ ਕਿੱਡੀ ਹੋਏਗੀ ਜਿਕਰ ਵਿਦਿਆਰਥੀ ਡੈਗਲਰ ਦੀ ਵਿਦਿਆਰਥੀ ਉਹਨਾਂ ਨੂੰ ਈਮੇਲ ਜਿਹੜੀ ਹੈਗੀ ਆ ਉਹ ਕੋਲੇਜ ਜਾਂ ਜਿਹੜੇ ਉਹਨਾਂ ਦੇ ਵਿਭਾਗ ਹੈ ਉਹ ਉਹਨਾਂ ਨੂੰ ਦੇਗਾ ਚਾਹੇ WhatsApp ਦੇ ਥਰੂ ਦੇਈ ਚਾਹੇ ਕਿਵੇਂ ਵੀ ਦੇਈ ਤਾਂ ਈਮੇਲ ਉਹਨਾਂ ਨੂੰ ਪ੍ਰੋਵਾਈਡ ਕਰ ਦਨਗੇ ਈਮੇਲ ਦੇ ਥਰੂ ਆਪਣੀ ਫਾਈਲ ਜਿਹੜੀ ਹੈ ਉੱਥੇ ਉਸ ਈਮੇਲ ਤੇ ਸੈਂਡ ਕਰ ਸਕਦੇ ਨੇ ਜੇਕਰ ਵਿਦਿਆਰਥੀ ਕੋਲ ਅਜਿਹੇ ਸਾਧਨ ਮੌਜੂਦ ਨਹੀਂ ਹੰਤਾ ਹੋ ਉੱਤਰ ਸ਼ੀਟਾਂ ਨੂੰ ਸਕੈਨ ਕਰਕੇ PDF ਬਣਾ ਕੇ ਫਾਈਲ ਭੇਜ ਸਕੀ ਤਾਂ ਨਹੀਂ ਇਦਾਂ ਦੀ ਕੋਈ ਉਹਦੇ ਪਾਸ ਈਮੇਲ ਅਕਾਊਂਟ ਜਾਂ ਕੋਈ ਸੁਵਿਧਾ ਨਹੀਂ ਹੈਗੀ ਤਾਂ ਉਹ ਕੀ ਕਰ ਸਕਦਾ ਪੰਜਾਬੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਨੇੜੇ ਦੇ ਵਿਭ ਸੈਂਟਰ ਵਿੱਚ ਆਪਣੀ ਉੱਤਰ ਸ਼ੀਟਾਂ 49 ਸਮੇਂ ਵਿੱਚ ਜਮ੍ਹਾਂ ਕਰਵਾ ਸਕਦਾ ਹੈ ਤੀਸਰੀ ਸੰਬੰਧੀ ਰਸੀਦ ਪ੍ਰਾਪਤ ਕਰਕੇ ਆਪਣੇ ਕੋਲ ਸੰਭਾਲ ਕੇ ਰੱਖਣ ਤਾਂ ਰਸੀਦ ਜ਼ਰੂਰ ਸੰਭਾਲ ਕੇ ਰੱਖਣੀ ਹੈ ਤੁਸੀਂ ਕੋਲ ਈਮੇਲ ਅਕਾਊਂਟ ਨਹੀਂ ਹੈ ਨਹੀਂ ਤੁਸੀਂ ਪੀਡੀਐਫ ਬਣਾ ਕੇ ਭੇਜ ਸਕਦੇ ਹੋ ਤਾਂ ਨੇੜੇ ਦੇ ਕਿਸੇ ਕਾਲਜ ਵਗੈਰਾ 'ਚ ਤੁਸੀਂ ਸਬਮਿਟ ਕਰਵਾ ਸਕਦੇ ਹੋ ਤੇ ਉੱਥੋਂ ਜੇ ਤੁਸੀਂ ਸਬਮਿਟ ਕਰਵਾ ਕੇ ਆਉਗੇ ਤਾਂ ਉਹਦੀ ਰਸੀਦ ਜ਼ਰੂਰ ਲੈ ਆਣਾ ਤੇ ਆਪਣੇ ਕੋਲ ਸੰਭਾਲ ਕੇ ਰੱਖਣੀ ਹੈ ਜਦ ਤੱਕ ਤੁਹਾਡੇ ਰਿਜ਼ਲਟ ਜਿਹੜਾ ਨਹੀਂ ਆ ਜਾਂਦਾ ਜੇਕਰ ਪੰਡਤ ਬੀਯੂਨੀਵਰਸਿਟੀ ਨਾਲ ਸੰਬੰਧਿਤ ਕੋਈ ਕਾਲਜ ਵੀ ਤੁਹਾਡੇ ਨੇੜੇ ਨਹੀਂ ਹੈਗਾ ਤਾਂ ਕੋਈ ਕਾਲਜ ਕੋਈ ਕੈਂਪਸ ਤੁਹਾਡੇ ਨੇੜੇ ਨਹੀਂ ਹੈਗਾ ਤਾਂ ਵਿਦਿਆਰਥੀ ਆਪਣੀ ਉੱਤਰ ਸ਼ੀਟਾਂ ਨੂੰ ਨਿਰਧਾਰਿਤ ਸਮੇਂ ਵਿੱਚ ਸੰਬੰਧਿਤ ਕਾਲਜ ਜਾਂ ਪ੍ਰਿੰਸੀਪਲ ਵਿਭਾਗ ਦੇ ਮੁਖੀ ਨੂੰ ਰਜਿਸਟਰਡ ਡਾਕ ਜਾਂ ਸਪੀਡ ਪੋਸਟ ਰਾਹੀਂ ਭੇਜੇਗਾ ਚਲੋ ਇਹ ਤਾਂ ਹੋ ਗਈ ਰੈਗੂਲਰ ਵਾਲੀ ਵਿਦਿਆਰਥੀਆਂ ਦੀ ਗੱਲ ਉਸ ਤੋਂ ਬਾਅਦ ਆਉਂਦਾ ਰੀਪੇਅਰ ਜਿਹੜੇ ਰੀਪੇਅਰ ਦੇ ਵਿਦਿਆਰਥੀ ਹੈਗੇ ਕਾਲਜ ਦੇ ਉਹ ਵਿਦਿਆਰਥੀ ਜੋ ਰੀਪੇਅਰ ਦੇ ਪੇਪਰ ਦੇ ਰਹੇ ਹਨ ਉਹ ਆਪਣੇ ਸਬੰਧਿਤ ਵਿਭਾਗ ਕਾਲਜ ਨੂੰ ਆਪਣੀਆਂ ਉੱਤਰ ਸ਼ੀਟਾਂ ਭੇਜਣਗੇ ਰੈਗੂਲਰ ਸਟੂਡੈਂਟ ਸੀਗੇ ਕਿਸੇ ਕਾਲਜ ਨਾਲ ਲੇਕਿਨ ਹੁਣ ਉਹਨਾਂ ਦੀ ਰੀਪੇਅਰ ਆ ਰਹੀ ਹੈਗੀ ਹੈ ਉਹ ਰੀਪੇਅਰ ਦੇ ਪੇਪਰ ਦੇ ਰਹੇ ਨੇਗੇ ਤਾਂ ਆਪਣੇ ਜਿਹੜੇ ਵੀ ਕਾਲਜ ਨਾਲ ਸਬੰਧ ਰੱਖਦੇ ਆ ਉਸ ਕਾਲਜ ਜਾਂ ਵਿਭਾਗ ਨਾਲ ਨੂੰ ਆਪਣੀਆਂ ਉੱਤਰ ਸ਼ੀਟਾਂ ਜਿਹੜੀਆਂ ਸੋਲਵ ਕਰਕੇ ਉੱਥੇ ਭੇਜ ਦੇਣਗੇ यह होगी रैगुलर वे गल जो पेपर फस्ट समेस्टर दे, दे रहे हैं या रैगुलर स्टूडेंट्स इस बार रीपेयर के पेपर दे रहे हैं तो अपने अपने कोलेज संबंधित जोड़े है वो उ अपने शीटा जो सबमिट करांगे ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਡਿਸਟੈਂਸ ਐਜੂਕੇਸ਼ਨ ਵਾਲਿਆਂ ਦੀ ਇੱਥੇ ਇੱਕ ਅਲੱਗ ਤੋਂ ਪੁਆਇੰਟ ਨਹੀਂ ਬਣਾਇਆ ਹੋਇਆ ਮੈਂ ਤੁਹਾਨੂੰ ਦੱਸ ਦਵਾਂ ਕਿਉਂਕਿ ਆਪਾਂ ਜਿਹੜੇ ਹੈਗੇ ਸਤੰਬਰ ਦੇ ਵਿੱਚ ਲਾਸਟ ਇਅਰ ਸੈਮੈਸਟਰ ਦੇ ਪੇਪਰ ਹੋਏ ਸੀ ਉਦੋਂ ਵੀ ਸਾਰੀਆਂ ਇਨਸਟਰਕਸ਼ਨਸ ਦੇਖੀਆਂ ਸੀ ਪੜੀਆਂ ਸੀ ਕਿਵੇਂ ਸਭ ਕੁਝ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਹੈਗੇ ਉਹ ਸੈਮੈਸਟਰ ਦੇ ਪੇਪਰ ਹੋਏ ਸੀਗੇ ਦਸੰਬਰ ਦੇ ਵਿੱਚ ਤੋਂ ਉਦੋਂ ਵੀ ਸਾਰੀ ਆਪਾਂ ਧਿਆਨ ਰੱਖਿਆ ਕੀ ਕੁਝ ਹੋਇਆ ਤਾਂ ਆਪਾਂ ਉਸਦੇ ਤੋਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਡਿਸਟੈਂਸ ਵਾਲਿਆਂ ਦਾ ਕੀ ਹੁੰਦਾ ਹੈ ਦੂਰ ਡਿਸਟੈਂਸ ਵਾਲਿਆਂ ਦੀ ਜਿਹੜੀ ਕੁਐਸਚਨ ਪੇਪਰ ਹੈਗਾ ਉਹ ਕਿੱਥੋਂ ਡਾਊਨਲੋਡ ਕਰਨਾ ਹੈ ਡਿਸਟੈਂਸ ਐਜੂਕੇਸ਼ਨ ਵਾਲਿਆਂ ਦਾ ਜਾਂ ਪ੍ਰਾਈਵੇਟ ਵਾਲੇ ਜਿਹੜੇ ਹੁੰਦੇ ਆ ਉਹਨਾਂ ਦਾ ਇੱਕ ਲਿੰਕ ਆਂਦਾ ਡਿਸਟੈਂਸ ਵਾਲਿਆਂ ਦਾ ਤਾਂ ਕਿ ਡਿਸਟੈਂਸ ਦੀ ਅਫੀਸ਼ੀਅਲ ਵੈਬਸਾਈਟ ਆ ਉੱਥੇ ਵੀ ਕੁਐਸਚਨ ਪੇਪਰ ਆਉਂਦੇ ਆ ਡਿਸਟੈਂਸ ਦੀ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾਓਗੇ ਉੱਥੇ ਤੁਹਾਨੂੰ ਲਿੰਕਸ ਮਿਲ ਜਾਣਗੇ ਜਿਸ ਦਿਨ ਤੁਹਾਡਾ ਪੇਪਰ ਹੋਏਗਾ ਕੁਐਸਚਨ ਪੇਪਰ ਡਾਊਨਲੋਡ ਕਰਨ ਲਈ ਉੱਥੇ ਲਿੰਕ ਆਂਦਾ ਹੈ ਤੇ ਉਸ ਲਿੰਕ ਤੇ ਜੇ ਤੁਸੀਂ ਕਲਿੱਕ ਕਰਦੇ ਹੋ ਥੋੜਾ ਕੁਐਸਚਨ ਪੇਪਰ ਜਿਹੜਾ ਡਾਊਨਲੋਡ ਹੁੰਦਾ ਹੈਗਾ ਤੇ ਉਸ ਕੁਐਸਚਨ ਪੇਪਰ ਦੇ ਉੱਪਰ ਹੀ ਤੁਹਾਡੀ ਈਮੇਲ ਆਈਡੀ ਜਿਹੜੀ ਆ ਉਹ ਮੈਂਸ਼ਨ ਹੁੰਦੀ ਹੈ ਤੁਸੀਂ ਉਸ ਈਮੇਲ ਆਈਡੀ ਤੇ ਜਿਹੜਾ ਹੈਗਾ ਆਪਣਾ ਆਪਣਾ ਕੁਐਸਚਨ ਪੇਪਰ ਸੋਲਵ ਕਰਨ ਤੋਂ ਬਾਅਦ ਪੀਡੀਐਫ ਬਣਾ ਕੇ ਉਸ ਈਮੇਲ ਆਈਡੀ ਤੇ ਸੈਂਡ ਕਰਨਾ ਹੈ ਠੀਕ ਤੇ ਇਹ ਹੈਗਾ ਡਿਸਟੈਂਸ ਅਸਾ ਜਿਹੜੇ ਲਿੰਕ ਤੋਂ ਤੁਸੀਂ ਤੁਸੀਂ ਆਪਣਾ ਕੁਐਸਚਨ ਪੇਪਰ ਡਾਊਨਲੋਡ ਕਰੋਗੇ ਉਹ ਲਿੰਕ ਨੂੰ ਅਗਰ ਤੁਸੀਂ ਧਿਆਨ ਨਾਲ ਪੜੋਗੇ ਤਾਂ ਲਿੰਕ ਦੇ ਵਿੱਚ ਹੀ ਈਮੇਲ ਜਿਹੜੀ ਆ ਆਲਰੇਡੀ ਮੈਂਸ਼ਨ ਹੁੰਦੀ ਹੈ ਕਿ ਇਸ ਈਮੇਲ ਆਈਡੀ ਦੇ ਤੁਹਾਨੂੰ ਆਪਣੀ ਆਨਸਰ ਸ਼ੀਟ ਜਿਹੜੀ ਸਕੈਨ ਕਰਕੇ ਪੀਡੀਐਫ ਬਣਾ ਕੇ ਸੈਂਡ ਕਰਨੀ ਹੈ ਤੇ ਇਹ ਹੋਗੀ ਡਿਸਟੈਂਸ ਐਜੂਕੇਸ਼ਨ ਵਾਲਿਆਂ ਦੀ ਕੱਲ ਆਈ ਹੋਪ ਚੰਗੀ ਤਰ੍ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਡਿਸਟੈਂਸ ਵਾਲਿਆਂ ਦਾ ਡਿਸਟੈਂਸ ਵਾਲਿਆਂ ਦਾ ਮੈਂ ਦੱਸ ਰਹੀ ਸੀ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਲਿੰਕ ਜਿਹੜਾ ਹੈਗਾ ਉਹ ਉਸ ਕੁਐਸਚਨ ਪੇਪਰ ਨੂੰ ਡਾਊਨਲੋਡ ਕਰਨ ਲਈ ਉੱਥੇ ਹੀ ਈਮੇਲ ਆਈਡੀ ਉੱਤੇ ਹੀ ਜਿਹੜਾ ਹੈਗਾ ਤੁਹਾਨੂੰ ਈਮੇਲ ਆਈਡੀ ਦਿੱਤੀ ਹੋਏਗੀ ਤਾਂ ਕੁਐਸਚਨ ਪੇਪਰ ਦੇ ਉੱਪਰ ਵੀ ਤੁਹਾਡੀ ਈਮੇਲ ਆਈਡੀ ਹੁੰਦੀ ਹੈ ਲਿੰਕ ਦੇ ਜੇ ਤੁਸੀਂ ਲਿੰਕ ਨੂੰ ਧਿਆਨ ਨਾਲ ਪੜੋ ਤਾਂ ਲਿੰਕ ਦੇ ਵਿੱਚ ਵੀ ਜਿਹੜਾ ਹੈਗਾ ਈਮੇਲ ਆਈਡੀ ਜਿਹੜੀ ਦਿੱਤੀ ਹੁੰਦੀ ਹੈ ਜਿੱਥੇ ਤੁਸੀਂ ਆਨਸਰ ਸ਼ੀਟ ਜਿਹੜੀ ਹੈ ਉਹ ਸੈਂਡ ਕਰਨੀ ਹੈ ਤਾਂ ਡਿਸਟੈਂਸ ਵਾਲਿਆਂ ਦਾ ਹੁਣ ਕੋਈ ਕੁਆਰੀ ਜਿਹੜੀ ਆ ਉਹ ਨਹੀਂ ਰਹਿਣੀ ਚਾਹੀਦੀ ਇਸ ਤੋਂ ਬਾਅਦ ਆ ਜਾਂਦੀ ਹੈ ਪ੍ਰਾਈਵੇਟ ਵਾਲੇ ਵਿਦਿਆਰਥੀਆਂ ਦੀ ਗੱਲ ਦੇਖੋ ਪ੍ਰਾਈਵੇਟ ਵਾਲੇ ਵਿਦਿਆਰਥੀ ਲਈ ਉਹਨਾਂ ਨੇ ਅਲੱਗ ਤੋਂ 9th ਪੁਆਇੰਟ ਜਿਹੜਾ ਇੱਥੇ ਬਣਾਇਆ ਹੈਗਾ ਕੀ ਕਹਿੰਦੇ ਆ ਪ੍ਰਾਈਵੇਟ ਵਿਦਿਆਰਥੀ ਆਪਣੀ ਉੱਤਰ ਸ਼ 147002 ਨੂੰ ਦਸਤੀ ਜਾਂ ਰਜਿਸਟਰਡ ਜਾਂ ਸਪੀਡ ਪੋਸਟ ਰਾਹੀਂ ਭੇਜਣਗੇ ਪ੍ਰੀਖਿਆ ਦੇ ਕਮ ਕਾਰਜੀ ਇੱਕ ਦਿਨ ਤੋਂ ਬਾਅਦ ਪੋਸਟ ਕਿਥੋਂ ਉੱਤਰ ਕਾਪੀ ਦਾ ਮੁਲਾਂਕਣ ਨਹੀਂ ਕਰਵਾਇਆ ਜਾਏਗਾ ਪਹਿਲਾਂ ਤਾਂ ਪਹਿਥੇ ਗੱਲ ਕਰ ਲੈਂੀਆਂ ਕਿ ਕਦੋਂ ਇਹ ਜਿਹੜੀ ਪੋਸਟ ਹੈ ਉਹ ਕਰਨੀ ਹੈ ਟਾਈਮ ਕੀ ਹੈ ਪੋਸਟ ਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵੀ ਕਿਵੇਂ ਕਰਨੀ ਹੈ ਦੇਖੋ ਤੇ ਇਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਪ੍ਰੀਖਿਆ ਦੇ ਕਮ ਕਾਰਜੀ ਇੱਕ ਦਿਨ ਤੋਂ ਬਾਅਦ ਪੋਸਟ ਪੋਸਟ ਕਿਥੋਂ ਉੱਤਰ ਕਾਪੀ ਦਾ ਮੁਲਾਂਕਣ ਨਹੀਂ ਕਰਵਾਇਆ ਜਾਏਗਾ ਤਦਕਿ ਇਹਦੇ ਵਿੱਚ ਵੈਸੇ ਤਾਂ ਗੱਲ ਜਿਹੜੀ ਆ ਉਹ ਸਾਫ਼-ਸਾਫ਼ ਨਹੀਂ ਲਿਖੀ ਹੈ ਪਹਿਲਾਂ ਮੈਂ ਤੁਹਾਨੂੰ ਫੇਰ ਵੀ ਤੁਹਾਨੂੰ ਕਲੀਅਰ ਕਰ ਦ ਨਾਲੋ ਥੋੜਾ ਪੇਪਰ 1:30 ਵਜੇ ਖਤਮ ਹੁੰਦਾ ਹੈ ਸਵੇਰ ਦੇ ਸੈਸ਼ਨ ਦਾ ਥੋੜਾ ਪੇਪਰ ਹੈ ਤਾਂ ਉਸੇ ਦਿਨ ਹੀ ਤੁਸੀਂ ਜਿਹੜੀ ਹੈਗੀ ਆ ਉਹ ਆਪਣੀ ਪੋਸਟ ਜਿਹੜੀ ਆ ਉਹ ਕਰਵਾ ਦਿਓ ਜਿਹੜੀ ਸਪੀਡ ਪੋਸਟ ਹੈ ਰਜਿਸਟਰਡ ਪੋਸਟ ਤੋਂ ਨੇ ਕਰवानी ਆ ਰਜਿਸਟਰਡ ਡਾਕ ਦੇ ਥਰੂ ਭੇਜ ਦੇਣਾ ਹੈ ਉਹ ਤੁਸੀਂ ਉਸੇ ਦਿਨ ਕਰਵਾ ਦਿਓ 3 ਵਜੇ ਤੱਕ ਜਿਹੜੀ ਹੈਗੀ ਹੈ ਇਹ ਪੋਸਟ ਆਫਿਸ ਦੇ ਵਿੱਚ ਇਹ ਸਪੀਡ ਪੋਸਟ ਹੈ ਰਜਿਸਟਰਡ ਪੋਸਟ ਜਿਹੜੀ ਆ ਉਹ ਕੀਤੀ ਜਾਂਦੀ ਹੈ ਕਈ ਵਾਰ 2:30 ਵਜੇ ਵੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਉਸ ਅਕੋਰਡਿੰਗ ਤੁਸੀਂ ਆਪਣਾ ਟਾਈਮ ਦੇਖ ਕੇ ਚੱਲ ਸਕਦੇ ਹੋ ਬਾਕੀ ਉਹ ਕਿ ਅਗੇ ਕੀ ਕਮਕਾਜੀ 1 ਦਿਨ ਤੋਂ ਬਾਅਦ ਪੋਸਟ ਕੀਤੇ ਉਤਰ ਕਾਪੇ ਦਾ ਮੁਲਾਂਕਣ ਨਹੀਂ ਕਰਵਾਇਆ ਜਾਏਗਾ ਮਤਲਬ ਪ੍ਰੀਖਿਆ ਦੇ ਕਮਕਾਜੀ 1 ਦਿਨ ਤੋਂ ਬਾਅਦ ਬਦੇਟ ਮੀਨਸ ਕਿ ਤੁਹਾਡਾ ਅਗਰ ਪੇਪਰ ਸਵੇਰ ਦੇ ਸੈਸ਼ਨ ਦਾ ਹੈ ਮੰਨ ਲਓ ਤੁਹਾਡਾ ਪੇਪਰ 1 ਤਾਰੀਖ ਦਾ ਹੈਗਾ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਉਸੇ ਦਿਨ ਹੀ ਤੁਸੀਂ ਜਿਹੜਾ ਹੈਗਾ ਉਹ ਪੇਪਰ ਆਪਣਾ ਉੱਥੇ ਰਜਿਸਟਰਡ ਪੋਸਟ ਦੇ ਥਰੂ ਭੇਜੋ ਤੇ ਜਿਨ੍ਹਾਂ ਦਾ ਸ਼ਾਮ ਦਾ ਸੈਸ਼ਨ ਹੈ 1 ਤਾਰੀਖ ਨੂੰ ਮੰਨ ਲਓ ਨਾਲ ਪੇਪਰ ਹੈ ਜਿਹੜਾ ਸ਼ਾਮ ਦਾ ਹੀ ਸੈਸ਼ਨ ਹੈਗਾ ਤਾਂ ਫਿਰ ਉਹ ਕਿਵੇਂ ਜਿਹੜਾ ਹੈਗਾ ਪੇਪਰ ਆਪਣੀ ਸਪੀਡ ਪੋਸਟ ਕਰਨ ਕਿਉਂਕਿ ਤਦ ਤੱਕ ਤਾਂ ਪੋਸਟ ਆਫਿਸ ਜਿਹੜੇ ਹੈਗੀਆਂ ਉਹ ਬੰਦ ਹੋ ਜਾਂਦੇ ਆ ਤਾਂ ਉਹ ਕੀ ਕਰਨਗੇ ਆਪਣੇ ਅਗਲੇ ਦਿਨ ਜਿਹੜਾ 2 ਤਾਰੀਖ ਨੂੰ ਪੇਪਰ ਜਿਹੜਾ ਭੇਜ ਸਕਦੇ ਨੇ ਪੋਸਟ ਆਫਿਸ ਤੋਂ 2 ਤਰੀਕ ਨੂੰ ਭੇਜ ਸਕਦੇ ਨੇ ਲੇਕਿਨ 3 ਤਰੀਕ ਨੂੰ ਅਗਰ ਭੇਜੋਗੇ ਤੁਸੀਂ ਤਾਂ ਫਿਰ ਤੁਹਾਡਾ ਜਿਹੜਾ ਪੇਪਰ ਹੈ ਉਹ ਚੈੱਕ ਨਹੀਂ ਕੀਤਾ ਜਾਏਗਾ ਤਾਂ 2 ਤਰੀਕ ਨੂੰ ਜਿਵੇਂ ਹੀ ਪੋਸਟ ਆਫਿਸ ਖੁੱਲਦਾ ਹੈ ਨੈਕਸਟ ਡੇ ਤਾਂ ਤੁਸੀਂ ਆਪਣੇ ਜਾ ਕੇ ਉੱਥੇ ਰਜਿਸਟਰ ਡਾਕ ਦੇ थ्रू ਭੇਜਣਾ ਹੈ ਤੇ ਅਗਰ ਤੁਸੀਂ ਇੱਕ ਦਿਨ ਮਤਲਬ ਇੱਕ ਤਰੀਕ ਦਾ ਪੇਪਰ ਹੈ ਤਾਂ ਦੋ ਤਰੀਕ ਨੂੰ ਭੇਜ ਸਕਦੇ ਹੋ ਲੇਕਿਨ ਤਿੰਨੋਂ ਤਰੀਕ ਨੂੰ ਨਹੀਂ ਭੇਜ ਸਕਦੇ ਇੱਕ ਦਿਨ ਬਾਅਦ ਨਹੀਂ ਭੇਜ ਸਕਦੇ ਉਸ ਤੋਂ ਬਾਅਦ ਫਿਰ ਤੁਹਾਡਾ ਉੱਤਰ ਕਾਪੇ ਦਾ ਮੁਲਾਂਕਣ ਜਿਹਦਾ ਹੋ ਨਹੀਂ ਕਰਵਾਇਆ ਜਾਏਗਾ ਕੋਸ਼ਿਸ਼ ਇਹ ਰੱਖੋ ਕਿ ਤੁਸੀਂ ਉਸੇ ਦਿਨ ਜਿਹੜਾ ਹੈਗਾ ਉਹ ਸਪੀਡ ਪੋਸਟ ਕਰਾ ਦਿਓ ਤੇ ਜਿਹਨਾਂ ਦਾ ਸ਼ਾਮ ਸ਼ਾਮ ਦਾ ਸੈਸ਼ਨ ਹੈਗਾ ਦੁਪਹਿਰ ਵਾਲਾ 6 ਵਜੇ ਤੱਕ ਦਾ ਤਾਂ ਉਹ ਜਿਹੜੇ ਹੈਗੇ ਨੇ ਫਿਰ ਨੈਕਸਟ ਡੇ ਯਾਨੀ ਕਿ ਦੋ ਤਰੀਕ ਨੂੰ ਫਿਰ ਕਰਵਾ ਸਕਦੇ ਆ ਲੇਕਿਨ ਉਸ ਤੋਂ ਲੇਟ ਜਿਹੜਾ ਉਹ ਨਾ ਕਰਨ ਹੁਣ ਜਿਹੜੀ ਰਜਿਸਟਰਡ ਡਾਕ ਰਾਹੀਂ ਤੁਸੀਂ ਪੇਪਰ ਭੇਜਨੇ ਆ ਸਿਰਫ ਰਜਿਸਟਰਡ ਡਾਕ ਰਾਹੀਂ ਜਿਹੜੇ ਤੁਸੀਂ ਪੇਪਰ ਭੇਜਨੇ ਆ ਉਹ ਕਿਵੇਂ ਭੇਜਨੇ ਉਹਦੀ ਤਿਆਰੀਆਂ ਜੜੀਆਂ ਨੇ ਉਹ ਪਹਿਲਾਂ ਹੀ ਕਰਕੇ ਰੱਖ ਲਓ ਤਾਂ ਕਿ ਤੁਹਾਨੂੰ ਫਿਰ ਟਾਈਮ ਜਿਹੜਾ ਥੋੜਾ ਵੇਸਟ ਨਾ ਹੋਵੇ ਤੇ ਨਾਲ ਦੀ ਨਾਲ ਹੀ ਤੁਸੀਂ ਆਪਣਾ ਜਿਹੜਾ ਫਟਾਫਟ ਪੇਪਰ ਹੈ ਜਿਹੜੇ ਉਹ ਭੇਜ ਸਕੋ ਹੁਣ ਕੀ ਕੀ ਤਿਆਰੀਆਂ ਕਰਨੀਆਂ ਨੇ ਕਿ ਪ੍ਰਾਈਵੇਟ ਵਾਲੇ ਵਿਦਿਆਰਥੀ ਨੇ ਕਿ ਰਜਿਸਟਰਡ ਪੋਸਟ ਰਾਹੀਂ ਆਪਣੀਆਂ ਜਿਹੜੇ ਇਸ ਐਡਰੈਸ ਤੇ ਆਪਣੀਆਂ ਜਿਹੜੇ ਪੇਪਰ ਅਨਸਰ ਸ਼ੀਟਸਾਂ ਉਹ ਭੇਜ ਸਕਣ ਤਾਂ ਉਹ ਚੀਜ਼ ਮੈਂ ਤੁਹਾਨੂੰ ਹੁਣ ਡਿਟੇਲ ਦੇ ਵਿੱਚ ਦੱਸ ਦਿਆਂ ਕਿਥੋਂ ਨੇ ਰਜਿਸਟਰਡ ਡਾਕ ਕਰਾਉਣੀ ਕਿਦਾਂ ਹੈਗੀ ਤੁਸੀਂ ਜਿਹੜਾ ਐਨਵੈਲਪ ਦੇਖ ਰਹੇ ਹੋ ਮੇਰੇ ਸਾਹਮਣੇ ਬ੍ਰਾਊਨ ਕਲਰ ਦਾ A4 ਸਾਈਜ਼ ਦਾ ਤੁਹਾਨੂੰ ਇਹ ਐਨਵੈਲਪ ਪੋਸਟ ਆਫਿਸ ਦੇ ਵਿੱਚ ਜਾ ਕੇ A4 ਸਾਈਜ਼ ਦਾ ਜਿਹੜਾ ਹੈਗਾ ਐਨਵੈਲਪ ਉੱਥੇ ਲੈ ਲੈਣਾ ਤੇ ਇਸ ਐਨਵੈਲਪ ਦੇ ਵਿੱਚ ਜਿਹੜੀ ਆਪਣੀਆਂ ਆਂਸਰ ਸ਼ੀਟਸ ਨੇ ਜਿਹੜੀਆਂ ਉਹ ਇੱਥੇ ਪਾਉਣੀਆਂ ਨੇ ਆਂਸਰ ਸ਼ੀਟਸ ਨੂੰ ਬਿਲਕੁਲ ਤੁਸੀਂ ਮੋੜਨਾ ਨਹੀਂ ਹੈ ਫੋਲਡਿੰਗ ਕਰਨਾ ਬਿਲਕੁਲ ਸਿੱਧੀਆਂ ਸਿੱਧੀਆਂ ਆਪਣੀਆਂ ਆਂਸਰ ਸ਼ੀਟਸ ਪਾਉਣੀਆਂ ਨੇ ਤੇ ਆਂਸਰ ਸ਼ੀਟ ਨੂੰ ਪਾਉਣ ਤੋਂ ਪਹਿਲਾਂ ਜਿਵੇਂ ਇਹਦੇ ਵਿੱਚ ਅਨਸਰ ਸ਼ੀਟ ਤੁਸੀਂ ਪਾ ਕੇ ਇੱਥੇ ਰਜਿਸਟਰਡ ਪੋਸਟ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇੱਥੇ ਉਸ ਦੀ ਫੋਟੋ ਕਾਪੀ ਜਿਹੜੀ ਹੈ ਤੁਸੀਂ ਉਹ ਜ਼ਰੂਰ ਕਰਵਾ ਕੇ ਰੱਖ ਲੈਣੀ ਹੈ ਅਨਸਰ ਸ਼ੀਟ ਦੀ ਫੋਟੋ ਕਾਪੀ ਫੋਟੋ ਕਾਪੀ ਕਿਉਂ ਕਰवानी ਹੈ ਤਾਂ ਕਿ ਤੁਹਾਡੇ ਪਾਸ ਫਿਰ ਉਹ ਸਬੂਤ ਰਹਿੰਦਾ ਕਿ ਤੁਸੀਂ ਹਨਾ ਇਹ ਵਾਲੀਆਂ ਜਿਹੜੀਆਂ ਅਨਸਰ ਸ਼ੀਟਸ ਹੈਗੀਆਂ ਨੇ ਉਹ ਕਿ ਕਿਤੀਆਂ ਹੋਈਆਂ ਨੇ ਵੀ ਤੁਸੀਂ ਪਾਈਆਂ ਸੀਗੀਆਂ ਭੇਜੀਆਂ ਸੀਗੀਆਂ ਤਾਂ ਇਹ ਜਿਹੜੀ ਹੈਗੀ ਹੈ ਇਸ ਚੀਜ਼ ਨੂੰ ਤੁਸੀਂ ਇਥੇ ਜ਼ਰੂਰ ਧਿਆਨ ਰੱਖਿਓ ਕਿ ਜਿਹੜੀ ਤੁਸੀਂ ਪੋਸਟ ਕਰਨ ਤੋਂ ਪਹਿਲਾਂ ਉਹ ਅਨਸਰ ਸ਼ੀਟਸ ਦੀ ਫੋਟੋ ਕਾਪੀ ਤੁਸੀਂ ਐਸਾ ਸਬੂਤ ਆਪਣੇ ਕੋਲ ਜਿਹੜਾ ਉਹ ਰੱਖ ਸਕੋ ਤਾਂ ਇਹ ਜਿਹੜੀ ਕੀ ਤੁਹਾਨੂੰ ਅਨਸਰ ਸ਼ੀਟ ਕਰਾਉਣ ਤੋਂ ਪਹਿਲਾਂ ਕੀ ਪੋਸਟ ਕਰਨ ਤੋਂ ਪਹਿਲਾਂ ਕੀ ਕੀ ਧਿਆਨ ਰੱਖਣਾ ਹੈ ਕੀ ਕੀ ਸਾਵਧਾਨੀ ਰੱਖਣੀ ਹੈ ਕਿ A4 ਸਾਈਜ਼ ਦਾ ਬ੍ਰਾਊਨ ਕਲਰ ਦਾ ਜਿਹੜਾ ਐਨਵੈਲਪ ਲੈਣਾ ਹੈ ਤੇ ਨਾਲ ਹੀ ਤੁਸੀਂ ਜਿਹੜੀ ਅਨਸਰ ਸ਼ੀਟਸ ਹਨ ਫੋਲਡ ਨਹੀਂ ਕਰਨਾ ਅਚੀ ਤਰ੍ਹਾਂ ਪਿੰਨ ਅਪ ਕਰਨਾ ਹੈ ਤੇ ਨਾਲ ਹੀ ਉਸ ਦੀ ਫੋਟੋ ਕਾਪੀ ਕਰਵਾ ਕੇ ਰੱਖਣੀ ਹੈ ਤੇ ਜਦੋਂ ਤੁਸੀਂ ਹੁਣ ਅਨਸਰ ਸ਼ੀਟ ਨੂੰ ਸਬਮਿਟ ਕਰੋਗੇ ਤਾਂ ਜਿੰਨੇ ਤੁਹਾਡੇ ਪੇਪਰ ਹੈਗੇ ਹਨ ਹਰ ਇੱਕ ਅਨਸਰ ਸ਼ੀਟ ਜਿਹੜੇ ਤੁਸੀਂ ਭੇਜੋਗੇ ਤਾਂ ਉਹ ਤੋਂ ਪਹਿਲਾਂ ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਕੀ ਲਗਾਉਣਾ ਹੈ ਰੋਲ ਨੰਬਰ ਲਗਾਉਣਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪੇਜ ਜਿਹੜਾ ਤੁਹਾਡਾ ਹੈਗਾ ਉਹ ਕੀ ਹੋਣਾ ਚਾਹੀਦਾ ਰੋਲ ਨੰਬਰ ਦਾ ਹੋਣਾ ਚਾਹੀਦਾ ਤਾਂ ਜਿੰਨੇ ਤੁਹਾਨੂੰ ਪੇਪਰ ਦੇਣੇ ਆ ਉਹਨੇ ਹੀ ਤੁਸੀਂ ਜਿਹੜੇ ਹੈਗੇ ਰੋਲ ਨੰਬਰ ਇੱਥੇ ਕਢਵਾ ਕੇ ਰੱਖ ਲੋ ਪ੍ਰਿੰਟ ਕਰਵਾ ਲਓ ਤਾਂ ਜਿੰਨੇ ਤੁਹਾਡੇ ਪੇਪਰਾਂ ਉਹਨੇ ਰੋਲ ਨੰਬਰ ਦੀ ਪ੍ਰਿੰਟ ਕਰਵਾ ਲਓ ਹਰ ਇੱਕ ਪੇਪਰ ਦੇ ਅੱਗੇ ਜਿਹੜੀ ਤੁਸੀਂ ਆਨਸਰ ਸ਼ੀਟ ਪੋਸਟ ਕਰੋਗੇ ਉਹਦਾ ਪਹਿਲਾ ਪੇਜ ਜਿਹੜਾ ਹੈਗਾ ਤੁਹਾਡਾ ਰੋਲ ਨੰਬਰ ਤਾਂ ਲੱਗੇਗਾ ਤੇ ਹੋਗੀ ਜੀ ਰੋਲ ਨੰਬਰ ਵਾਲੀ ਗੱਲ ਤੇ ਇਸ ਤੋਂ ਬਾਅਦ ਜਿਹੜੀ ਆ ਜਾਂਦੀ ਹੈ ਕਿ ਹੁਣ ਇਸ ਤੇ ਲਿਖਣਾ ਕੀ ਹੈ ਤੇ ਜਿਹੜਾ ਤੁਸੀਂ ਐਨਵੈਲਪ ਲਓਗੇ ਉਹ ਬ੍ਰਾਊਨ ਕਲਰ ਦਾ ਆਲਰੇਡੀ ਉਹਨੇ ਐਨਵੈਲਪ ਲੈ ਕੇ ਰੱਖੋ ਜਿੰਨੇ ਤੁਹਾਡੇ ਪੇਪਰ ਹੈਗੇ ਜਿੰਨੇ ਤੁਹਾਨੂੰ ਪੋਸਟ ਕਰਨੇ ਆ ਰੋਲ ਨੰਬਰ ਪ੍ਰਿੰਟ ਕਰਵਾ ਕੇ ਰੱਖ ਲਓ ਤੇ ਨਾਲ ਹੀ ਤੁਸੀਂ ਕੀ ਕਰਨਾ ਹੈ ਇੱਥੇ ਜਿਹੜਾ ਹੈਗਾ ਇਹ ਵਾਲਾ ਐਡਰੈਸ ਉੱਪਰ ਜਿਹੜਾ ਹੈ ਉਹ ਲਿਖਣਾ ਹੈ ਟੂ ਅਸਿਸਟੈਂਟ ਰਜਿਸਟਰਾਰ ਸਿক্রেਸੀ ਬ੍ਰਾਂਚ ਐਗਜ਼ਾਮੀਨੇਸ਼ਨ ਬ੍ਰਾਂਚ ਪੰਜਾਬ ਯੂਨੀਵਰਸਿਟੀ ਪਟਿਆਲਾ 147002 ਤੇ ਇਹ ਜਿਹੜਾ ਹੈਗਾ ਤੁਸੀਂ ਇੱਥੇ ਜਿਹੜਾ ਐਡਰੈਸ ਹੈਗਾ ਉਹ ਲਿਖਣਾ ਹੈ ਤੇ ਨਾਲ ਹੀ نیچے ਜਿਹੜਾ ਹੈਗਾ ਤੁਸੀਂ ਇੱਥੇ ਫਰਮ ਲਿਖਣਾ ਹੈ ਕਿ ਆਪਣਾ ਡਾਟਾ ਦੇਣਾ ਹੈ ਇੱਥੇ ਤੁਸੀਂ ਆਪਣਾ ਨੇਮ ਦੇ ਸਕਦੇ ਹੋ ਨੇਮ ਦੇਣਾ ਹੈ ਦੇ ਸਕਦੇ ਹੋ ਨਹੀਂ ਦਿਨਾ ਹੀ ਹੈ ਆਪਣਾ ਨੇਮ ਥੈਨ ਰੋਲ ਨੰਬਰ ਥੈਨ ਸਬਜੈਕਟ ਜਿਹੜਾ ਤੁਹਾਡਾ ਪੇਪਰ ਹੈ ਆਪਣੀ ਈਮੇਲ ਆਈਡੀ ਤੇ ਜਿਹੜਾ ਇਹ ਹੈਗਾ ਮੋਬਾਈਲ ਨੰਬਰ ਲੈਨ ਵਲਪ ਤੇ ਆਪਣਾ ਜਿਹੜਾ ਡਾਟਾ ਹੈ ਉਹ ਜ਼ਰੂਰ ਦੇਣਾ ਉੱਪਰ ਇਸ ਤਰ੍ਹਾਂ ਤੁਸੀਂ ਐਡਰੈਸ ਲਿਖਣਾ ਹੈ ਕਿ ਕਿੱਥੇ ਤੋਂ ਨੇ ਇਹ ਜਿਹੜਾ ਐਨਵੈਲਪ ਉਹ ਭੇਜਣਾ ਹੈ ਤੇ ਇਹ ਸਾਰੀ ਜਿਹੜੀ ਆਪਣਾ ਉੱਪਰ ਐਡਰੈਸ ਵਗੈਰਾ ਲਿਖਣਾ ਹੈ ਆਪਣਾ ਰੋਲ ਨੰਬਰ ਰੋ ਨੰਬਰ ਜਿਹੜੀ ਹੈਗੀ ਇਹ ਸਾਰੀ ਤਿਆਰੀ ਤੁਸੀਂ ਪਹਿਲਾਂ ਹੀ ਕਰਕੇ ਰੱਖ ਲਓ ਤਾਂ ਕਿ ਪੇਪਰ ਵਾਲੇ ਦਿਨ ਤੁਸੀਂ ਸਿੱਧਾ ਫਟਾਫਟ ਆਪਣੀ ਅਨਸਰ ਸ਼ੀਟ ਜਿਹੜੀ ਆ ਉਹਦੀ ਫੋਟੋਕਾਪੀ ਕਰਾ ਕੇ ਉਸ ਦੇ ਨਾਲ ਰੋ ਨੰਬਰ ਅਟੈਚ ਕਰਕੇ ਉਸ ਨੂੰ ਐਨਵੈਲਪ ਦੇ ਵਿੱਚ ਪਾ ਕੇ ਨਾਲ ਦੇ ਨਾਲ ਰਜਿਸਟਰਡ ਪੋਸਟ ਜਿਹੜੀ ਆ ਉਹ ਕਰਵਾ ਸਕੋ ਉਸ ਤੋਂ ਬਾਅਦ ਇੱਥੇ ਗੱਲ ਆ ਜਾਂਦੀ ਹੈ ਟਿਕਟ ਦੀ ਜਿਹੜੀ ਆਪਾਂ ਨੂੰ ਪਤਾ ਹੈ ਜਦ ਵੀ ਆਪਾਂ ਪੋਸਟ ਕਰਵਾਨੇ ਆ ਤਾਂ ਇੱਥੇ ਜਿਹੜੀ ਹੈਗੀ ਇੱਕ ਟਿਕਟ ਜਿਹੜੀ ਹੈਗੀ ਉਹ ਲਗਾਈ ਜਾਂਦੀ ਹੈ ਤੁਹਾਨੂੰ ਇੱਥੇ ਗੱਲ ਕਰ ਲੈਣੀ ਆ ਇੱਥੇ ਜਿਹੜੀ ਹੈਗੀ ਇਸ ਤਰ੍ਹਾਂ ਐਵੇਂ ਆਪਣੇ ਐਨਵੈਲਪ ਤੇ ਇੱਕ ਟਿਕਟ ਲਗਾਈ ਜਾਂਦੀ ਹੈ ਤਾਂ ਉਹ ਟਿਕਟ ਕਿਵੇਂ ਲੱਗਦੀ ਹੈ ਜਾਂ ਕਿੰਨੇ ਦੀ ਲੱਗਦੀ ਹੈ ਤਾਂ ਦੇਖੋ ਜਦੋਂ ਭਾ ਰਜਿਸਟਰਡ ਪੋਸਟ ਕਰਾਨੇ ਆ ਤਾਂ ਇਹ ਟਿਕਟ ਜਿਹੜੀ ਹੈਗੀ ਉਹ weight ਦੇ ਅਕੋਰਡਿੰਗ ਲੱਗਦੀ ਹੈ ਯਾਨੀ ਕਿ ਤੁਹਾਡਾ ਐਨਵੈਲਪ ਉੱਥੇ ਪਹਿਲਾਂ weight ਕੀਤਾ ਜਾਊਗਾ ਤੋਲਿਆ ਜਾਊਗਾ ਤੇ ਉਹ ਤੋਲਣ ਦੇ ਹਿਸਾਬ ਨਾਲ ਫਿਰ ਤੁਹਾਡੇ ਉੱਤੇ ਟਿਕਟ ਜਿਹੜੀ ਆ ਉਹ ਲਗਾਈ ਜਾਂਦੀ ਹੈ ਤੇ ਇਸ ਜਿਹੜੀ ਇਨਫੋਰਮੇਸ਼ਨ ਜਿਹੜੀ ਪ੍ਰਾਈਵੇਟ ਜਿਹੜੇ ਹੈਗੀਆਂ ਸਟੂਡੈਂਟਸ ਉਹਨਾਂ ਨੇ ਕਿਵੇਂ ਕਰਨਾ ਇੱਕ ਆਪਾਂ ਰੈਗੂਲਰ ਦੀ ਗੱਲ ਕਰ ਲਈਏ ਕਿ ਉਹਨਾਂ ਨੇ ਈਮੇਲ ਆਈਡੀ ਤੇ ਸੈਂਡ ਕਰਨਾ ਆਪਾਂ ਰੀਪੇਅਰ ਵਾਲਿਆਂ ਦੀ ਗੱਲ ਕਰ ਲਈਏ ਕਿ ਰੀਪੇਅਰ ਵਾਲਿਆਂ ਨੇ ਜਿਹੜਾ ਹੈਗਾ ਆਪਣੇ ਸੰਬੰਧਿਤ ਕਾਲਜ ਵਾਲਿਆਂ ਨੂੰ ਸੈਂਡ ਕਰਨਾ ਜਿਹੜੀ ਡਿਸਟੈਂਸ ਵਾਲੇ ਹੈਗੀਆਂ ਡਿਸਟੈਂਸ ਐਜੂਕੇਸ਼ਨ ਸਾਈਟ ਤੇ ਜਦੋਂ ਉਹਨਾਂ ਤੇ ਕੁਐਸਚਨ ਪੇਪਰ ਆਉਂਦੇ ਆ ਉਹ ਕੁਐਸਚਨ ਪੇਪਰ ਦੇ ਉੱਤੇ ਉਹਨਾਂ ਦੀ ਈਮੇਲ ਆਈਡੀ ਲਿਖੀ ਹੁੰਦੀ ਹੈ ਜਾਂ ਫਿਰ ਉਹਨਾਂ ਦੇ ਜਿੱਥੇ ਲਿੰਕ ਹੁੰਦਾ ਜਿੱਥੋਂ ਕੁਐਸਚਨ ਪੇਪਰ ਡਾਊਨਲੋਡ ਕੀਤਾ ਜਾਂਦਾ ਉੱਥ ਉਹ ਸਾਰਾ ਈਮੇਲ ਆਈਡੀ ਦਿੱਤੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਪ੍ਰਾਈਵੇਟ ਵਾਲਿਆਂ ਦੀ ਗੱਲ ਕੀਤੀ ਕਿ ਪ੍ਰਾਈਵੇਟ ਵਾਲਿਆਂ ਨੇ ਇਹ ਜਿਹੀ ਡੀ ਹੈ ਕਿ ਉਹ ਪੋਸਟ ਕਰਨੇ ਹਨ ਹੁਣ ਇਹ ਹੈ ਕਿ ਪੋਸਟ ਤਾਂ ਹੈਗਾ ਅਗਲੇ ਦਿਨ ਕਿਤੇ ਜਾਣਗੇ ਪੋਸਟ ਜਿਹੜੇ ਹੈਗੇ ਆ ਉਹ ਮੇਬੀ ਇਸ ਦਿਨ ਤੁਹਾਡਾ ਨਾ ਹੋਇਆ ਇੱਕ ਤਰੀਕ ਦਾ ਪੇਪਰ ਹੈ ਇੱਕ ਤਰੀਕ ਨੂੰ ਨਹੀਂ ਪੋਸਟ ਹੋਇਆ ਤਾਂ ਤੁਸੀਂ ਦੋ ਤਰੀਕ ਨੂੰ ਕਰ ਰਹੇ ਹੋ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਹੈਗਾ ਤੁਸੀਂ ਈਮੇਲ ਆਈਡੀ ਤੋਂ ਆਪਣੀ ਅਨਸਰ ਸ਼ੀਟ ਜਿਹੜੀ ਆ ਉਹ ਜ਼ਰੂਰ ਸੈਂਡ ਕਰ ਦੇਣੀ ਹੈ ਈਮੇਲ ਆਈਡੀ ਦੇ ਥਰੂ ਈਮੇਲ ਆਈਡੀ ਕਿਹੜੀਆਂ ਰਹਿਣਗੀਆਂ ਪ੍ਰਾਈਵੇਟ ਸਟੂਡੈਂਟਸ ਲਈ ਜਿੱਥੇ ਉਹਨਾਂ ਨੇ ਸੈਂਡ ਕਰਨਾ ਹੈ ਆਪਣਾ ਉਸ ਤੋਂ ਪਹਿਲਾਂ ਆਈਡੀਆਂ ਤੇ ਤੁਸੀਂ ਆਪਣਾ ਪੇਪਰ ਸਕੈਨ ਕਰਕੇ ਪੋਸਟ ਕਰ ਸਕਦੇ ਹੋ ਪ੍ਰਾਈਵੇਟ ਵਾਲੇ ਹੁਣ ਉਹ ਈਮੇਲ ਆਈਡੀ ਅਗਰ ਮੈਂ ਗਲ ਕਰਾਂ ਤਾਂ ਪਿਛਲੀ ਵਾਰ ਜਿਹੜੇ ਹੈਗੇ ਆ ਜਦੋਂ ਸਤੰਬਰ ਦੇ ਵਿੱਚ ਪੇਪਰ ਹੋਏ ਸੀ ਉਦੋਂ ਈਮੇਲ ਆਈਡੀਆਂ ਦਿੱਤੀਆਂ ਗਈਆਂ ਸੀ ਕਿ ਇਹ ਈਮੇਲ ਆਈਡੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਆਪਣੇ ਕੋਰਸ ਦੇ ਦੇਖ ਕੇ ਉੱਥੇ ਸੈਂਡ ਕਰ ਦਿਓ ਤਾਂ ਇਸ ਵਾਰ ਵੀ ਈਮੇਲ ਆਈਡੀਆਂ ਕਿੰਨਾ ਕਿਤੇ ਮੈਨੂੰ ਲੱਗਦਾ ਉਹੀ ਰਹਿਣਗੀਆਂ ਪਰ ਜੇ ਕਿਤੇ ਆਉਣ ਗਿਆ ਉਹ ਈਮੇਲ ਆਈਡੀ ਤਾਂ ਪ੍ਰਾਈਵੇਟ ਵਾਲਿਆਂ ਲਈ ਅਲੱਗ ਤੋਂ ਇੱਕ ਲਿੰਕ ਆਉਂਦਾ ਜਿੱਥੇ ਜਾ ਕੇ ਉਹ ਕੁਐਸਚਨ ਪੇਪਰ ਡਾਊਨਲੋਡ ਕਰਦੇ ਆਂ ਉਹ ਲਿੰਕ ਕਿਹੜਾ ਹੋਏਗਾ ਉਹ ਲਿੰਕ ਤੁਹਾਡੇ ਐਡਮਿਟ ਕਾਰਡ ਤੇ ਮੈਂਸ਼ਨ ਹੋਏਗਾ ਕਿ ਐਡਮਿਟ ਕਾਰਡ ਤੇ ਇਹ ਲਿੰਕ ਹੈਗਾ ਉਸ ਲਿੰਕ ਤੇ ਜਾ ਕੇ ਤੁਸੀਂ ਆਪਣੇ ਕੀ ਕਰਨਾ ਕੁਐਸਚਨ ਪੇਪਰ ਨੂੰ ਡਾਊਨਲੋਡ ਕਰਨਾ ਹੈ ਜਦੋਂ ਤੁਸੀਂ ਉਸ ਲਿੰਕ ਤੇ ਜਾਓਗੇ ਔਰ ਆਪਣਾ ਕੁਐਸਚਨ ਪੇਪਰ ਡਾਊਨਲੋਡ ਕਰਨ ਲੱਗੋਗੇ ਤਾਂ ਉਹ ਲਿੰਕ ਦੇ ਉੱਤੇ ਹੀ ਤੁਹਾਡੀ ਜਿਹੜੀ ਹੈ ਈਮੇਲ ਆਈਡੀ ਮੈਂਸ਼ਨ ਹੋਏਗੀ ਉਸ ਈਮੇਲ ਆਈਡੀ ਤੇ ਜਾ ਕੇ ਤੁਸੀਂ ਜਿਹੜਾ ਹੈਗਾ ਉਹ ਕੁਐਸਚਨ ਪੇਪਰ ਜਿਹੜਿਆ ਉਹ ਡਾਊਨਲੋਡ ਉਸ ਈਮੇਲ ਆਈਡੀ ਤੇ ਜਾ ਕੇ ਤੁਸੀਂ ਆਪਣੇ ਅਨਸਰ ਸ਼ੀਟਸ ਜਿਹੜੀਆਂ ਨੇ ਉਹ ਸੈਂਡ ਕਰਨੀਆਂ ਨੇ ਇੱਕ ਵਾਰ ਜਿਹੜੇ ਲਾਸਟ ਟਾਈਮ ਦੇ ਵਿੱਚ ਜਿਹੜੀ ਈਮੇਲ ਆਈਡੀਆਂ ਆਈ ਲਾਸ ਸੈਮੈਸਟਰ ਦੇ ਤੋਂ ਉਹ ਹੀ ਮੇਰੇ ਆਈਡੀ ਮੈਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੀ ਆ ਕਿ ਇਸ ਤਰ੍ਹਾਂ ਦੀਆਂ ਈਮੇਲ ਆਈਡੀਆਂ ਆਈਆਂ ਸੀਗੀਆਂ ਬਾਕੀ ਤੁ ਇਸ ਵਾਰ ਦੀਆਂ ਈਮੇਲ ਆਈਡੀਆਂ ਜਿਹੜੀਆਂ ਹੈਗੀਆਂ ਨੇ ਉਹ ਕਾਫੀ ਹੱਦ ਤੱਕ ਉਹੀ ਰਹਿਣਗੀਆਂ ਜਿਸ ਤਰ੍ਹਾਂ ਮੈਨੂੰ ਲੱਗਦਾ ਪਰ ਫਿਰ ਵੀ ਤੁਹਾਡਾ ਜਿਹੜਾ ਲਿੰਕ ਹੈਗਾ ਜਿੱਥੇ ਜਾ ਕੇ ਤੁਸੀਂ ਕੁਐਸਚਨ ਪੇਪਰ ਡਾਊਨਲੋਡ ਕਰੋਗੇ ਈਮੇਲ ਆਈਡੀਆਂ ਤੁਹਾਨੂੰ ਉੱਥੇ ਹੀ ਮਿਲ ਜਾਣਗੀਆਂ 2 ਸਤੰਬਰ ਦੇ ਵਿੱਚ ਪੇਪਰ ਹੋਈ ਸੀ ਸਤੰਬਰ 2020 ਸੈਪਟੰਬਰ 2020 ਦੇ ਵਿੱਚ ਜੋ ਲਾਸਟ ਟਾਈਮ ਦੇ ਪੇਪਰ ਹੋਏ ਸੀ ਉਹ ਤੋਂ ਪ੍ਰਾਈਵੇਟ ਵਾਲਿਆਂ ਲਈ ਇਹ ਜਿਹੜੀਆਂ ਈਮੇਲ ਆਈਡਿਸ ਆਈਆਂ ਸੀਗੀਆਂ ਕਿ ਉਹਨਾਂ ਨੇ ਇਹ ਵਾਲੀ ਈਮੇਲ ਆਈਡਿਸ ਤੇ ਈਮੇਲ ਜਿਹੜੀ ਹੈਗੇ ਉਹ ਆਪਣੇ ਅਨਸਰ ਸ਼ੀਟਸ ਕਰਨੀਆਂ ਨੇ ਵੈਸੇ ਤਾਂ ਪ੍ਰਾਈਵੇਟ ਵਾਲੇ ਨੇ ਪੋਸਟ ਹੀ ਕਰਨੀ ਹੈ ਲਿਖਿਆ ਅਗਰ ਤੁਸੀਂ ਪੋਸਟ ਇੱਕ ਦਿਨ ਬਾਅਦ ਕਰ ਰਹੇ ਹੋ ਤਾਂ ਪਹਿਲਾਂ ਇਹਨਾਂ ਈਮੇਲ ਆਈਡਿਸ ਤੇ ਆਪਣੀ ਜਿਹੜੀ ਅਨਸਰ ਸ਼ੀਟ ਹੈ ਉਹ ਸਕੈਨ ਕਰਕੇ ਤੁਸੀਂ ਭੇਜ ਸਕਦੇ ਹੋ ਤਾਂ ਸੈਪਟੰਬਰ ਦੇ ਵਿੱਚ ਇਹ ਵਾਲੀਆਂ ਜਿਹੜੀਆਂ ਈਮੇਲ ਆਈਡਿਸ ਆਈਆਂ ਤੇ ਤੁਸੀਂ ਆਪਣੇ ਕੋਰਸ ਦੇ ਅਕੋਰਡਿੰਗ ਜਿਹੜੀ ਆਪਣੀ ਈਮੇਲ ਆਈਡਿਸ ਚੈੱਕ ਕਰ ਸਕਦੇ ਹੋ ਤਿਤਨਾ ਦੇਖੋ ਤੁਸੀਂ ਆਪਣੇ ਆਪਣੇ ਜਿਹੜਿਆ ਕੋਰਸ ਜਿਹੜਾ ਹੈਗਾ ਪਰਟੀਕੂਲਰ ਕੋਰਸ ਉਸ ਨੂੰ ਦੇਖ ਕੇ ਆਪਣੀ ਵੀਡੀਓ ਨੂੰ ਪੋਜ਼ ਕਰਕੇ ਆਪਣਾ ਜਿਹੜਾ ਈਮੇਲ ਆਈਡੀ ਉਹ ਇੱਥੇ ਚੈੱਕ ਕਰ ਸਕਦੇ ਹੋ ਤੇ ਇਹ ਹੈਗੀਆਂ ਨੇ ਜੀ ਈਮੇਲ ਆਈਡੀਆਂ ਜਿਹੜੀਆਂ ਪਰਟੀਕੂਲਰ ਕੋਰਸ ਦੇ ਰਿਗਾਰਡਿੰਗ ਲਾਸਟ ਟਾਈਮ ਆਈਆਂ ਸੀਗੀਆਂ ਪ੍ਰਾਈਵੇਟ ਸਟੂਡੈਂਟਸ ਦੇ ਲਈ ਉਹਨਾਂ ਨੇ ਵੈਸੇ ਤਾਂ ਜਿਹੜਾ ਹੈ ਉਹ ਉਹੀ ਕਰਨਾ ਹੈ ਮੈਸਟਰ ਪ੍ਰਾਈਵੇਟ ਸਟੂਡੈਂਟ ਵਾਲੇ ਨੇ ਪੋਸਟ ਹੀ ਕਰਨਾ ਹੈ ਤਾਂ ਪੋਸਟ ਜਿਹੜਾ ਕਰਨਾ ਹੈ ਉਹਦਾ ਪੂਰਾ ਪ੍ਰੋਸੀਜਰ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸ ਚੁੱਕੀ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਗਰ ਤੁਹਾਡਾ ਨੈਕਸਟ ਡੇ ਹੋ ਰਿਹਾ ਤਾਂ ਪਹਿਲਾਂ ਤੁਸੀਂ ਮੇਲ ਆਈਡੀ ਤੇ ਮੇਲ ਜਿਹੜਾ ਉਹ ਕਰ ਸਕਦੇ ਹੋ ਬਾਕੀ ਤੁਹਾਡੀ ਜਿਹੜੀ ਮੇਲ ਆਈਡੀ ਹੈਗੀ ਹੈ ਉਹ ਤੁਹਾਡੇ ਉਸ ਲਿੰਕ ਤੇ ਹੀ ਮੈਂਸ਼ਨ ਹੁੰਦੀ ਹੈ ਤੁਹਾਡੇ ਕੁਐਸਚਨ ਪੇਪਰ ਦੇ ਉੱਪਰ ਮੈਂਸ਼ਨ ਹੁੰਦੀ ਹੈ ਜਿੱਥੇ ਤੁਹਾਨੂੰ ਉਹ ਕੁਐਸਚਨ ਪੇਪਰ ਤੁਸੀਂ ਡਾਊਨਲੋਡ ਕਰਦੇ ਹੋ ਤੇ ਉਹ ਲਿੰਕ ਜਿਹੜਾ ਹੈਗਾ ਜਿੱਥੇ ਤੁਹਾਨੂੰ ਕੁਐਸਚਨ ਪੇਪਰ ਡਾਊਨਲੋਡ ਕਰਨਾ ਤੁਹਾਡੇ ਐਡਮਿਟ ਕਾਰਡ ਤੇ ਸ਼ੋ ਹ ਤੋ ਉਹ ਲਿੰਕ ਦੀ ਇਨਫੋਰਮੇਸ਼ਨ ਵੀ ਜਿਹੜੀ ਹੈਗੀ ਆ ਉਹ ਤੁਹਾਨੂੰ ਇਸੇ ਵੈਬਸਾਈਟ ਤੇ ਪ੍ਰੋਵਾਈਡ ਕਰ ਦਿੱਤੀ ਜਾਏਗੀ ਤੇ ਜਿਵੇਂ ਹੀ ਉਹ ਇਨਫੋਰਮੇਸ਼ਨ ਆਏਗੀ ਆਪਾਂ ਤੁਹਾਨੂੰ ਉਸ ਤੇ ਬਾਰੇ ਅਪਡੇਟ ਕਰ ਦਵਾਂਗੇ ਬਾਕੀ ਜੇ ਤੁਸੀਂ ਉਹ ਲਿੰਕ ਦੀ ਜਿਹੜੀ ਵੀਡੀਓਜ਼ ਹੈਗੀਆਂ 올ਰੇਡੀ ਮੇਰੇ ਚੈਨਲ ਤੇ ਬਨੀਆਂ ਹੋਈਆਂ ਨੇ ਜਦੋਂ ਲਾਸਟ ਟਾਈਮ ਐਗਜ਼ਾਮਸ ਹੋਏ ਸੀ ਉਹ ਲਿੰਕ 올ਰੇਡੀ ਪ੍ਰੋਵਾਈਡ ਕੀਤੇ ਗਏ ਸੀ ਤੁਸੀਂ ਉਹ ਵੀਡੀਓਜ਼ ਵੀ ਜਾ ਕੇ ਚੈੱਕ ਕਰ ਸਕਦੇ ਹੋ ਆਪ ਹੋਪ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈਗੀ ਸਾਰੀ ਉਹ ਕਲੀਅਰ ਹੋਈ ਹੋਏਗੀ ਕਿ ਕਿੱਥੇ ਤੁਸੀਂ ਆਪਣੀ ਅਨਸਰ ਸ਼ੀਟਸ ਜਿਹੜੀ ਸਕੈਨ ਕਰਕੇ ਸੈਂਡ ਕਰਨੀਆਂ ਨੇ ਇਸ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ